ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨਾਂ ਤੋਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਚਾਹੇ ਉਹ ਉਸਦੀ ਵਿਆਹ ਵਾਲੀਆਂ ਫੋਟੋਆਂ ਕਰਕੇ ਜਾਂ ਉਸਦੀ ਆਪਣੇ ਸ਼ੋਜ਼ ਵਿੱਚ ਵੱਖਰੇ ਢੰਗ ਨਾਲ ਹੋਈ ਐਂਟਰੀ ਕਰਕੇ ਹੋਵੇ। ਹੁਣ ਫਿਰ ਸਿੱਧੂ ਮੂਸੇਵਾਲੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਮੂਸੇਵਾਲੇ ਨਾਲ ਇੱਕ ਸਟੇਜ ਉੱਪਰ ਫੈਨ ਫੋਟੋ ਖਿਚਵਾਉਣ ਆਇਆ ਹੈ ਤੇ ਮੂਸੇਵਾਲਾ ਉਸ ਬੱਚੇ ਨੂੰ ਫੋਟੋ ਖਿਚਵਾਉਣ ਤੋਂ ਸਟੇਜ ਉੱਪਰ ਹੀ ਨਾ ਕਰਦਾ ਦਿਖਾਈ ਦੇ ਰਿਹਾ ਹੈ ਤੇ ਉਹ ਬੱਚੇ ਨੂੰ ਕਹਿ ਰਿਹਾ ਹੈ ਕਿ ਮੈਨੂੰ ਗਾਹ ਲੈਣ ਦੇ। ਅਖੀਰ ਕਿਉਂ ਕੀਤੀ ਮੂਸੇਵਾਲੇ ਨੇ ਫੋਟੋ ਖਿਚਵਾਉਣ ਤੋਂ ਉਸ ਬੱਚੇ ਨੂੰ ਨਾ? ਜਾਣਨ ਲਈ ਪੂਰੀ ਵੀਡੀਓ ਜ਼ਰੂਰ ਦੇਖਣਾ, ਪਰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਭਾਈ ਮੈਨੂੰ ਇੱਕ ਗੱਲ ਦੱਸੋ, ਹੁਣ ਮੈਂ ਥੋੜੇ ਇੱਕ ਇਹਦੇ ਨਾਲ ਖਿੱਚਣਾ, ਤੁਹਾਡੇ ਸਾਰੇ ਨਾਲ ਨਾ ਖਿੱਚਣਾ, ਫਿਰ ਤਾਂ ਮਾੜੀ ਗੱਲ ਹੈ ਨਾ ਮੇਰੀ। ਉਹ ਜਿੰਨੇ ਖੜੇ ਫਿਰ ਉਹ ਗਾਣਾ ਕੱਢਣ ਕਿ ਮੈਨੂੰ ਛੱਡ ਲੈਣ ਦੀ ਚਾਹੀ, ਐਂ ਨੀ ਕੋਈ ਗੱਲ, ਸਾਰੇ ਇੱਕੋ ਜਿਹੇ। ਹੁਣ ਭਰਾ ਬਣ ਕੇ ਜੇ ਭਰਾ ਮੰਨਦੇ ਜੇ ਤੂੰ ਫੋਨ ਪਾ ਤਾਂ ਉਹਨੂੰ ਤੋੜ, ਹੈ ਨਾ, ਸੋ ਐਂ ਨੀ ਕੋਈ ਗੱਲ। ਹੈਲੋ ਭਾਈ ਯਾਰ, ਸਮਝਾਇਆ ਕਰੋ ਯਾਰ, ਮੈਂ ਨਹੀਂ ਚਾਹੁੰਦਾ ਵੀ ਕਿਸੇ ਨੂੰ ਐਂ ਫੜ ਕੇ ਸਿੱਟਣ, ਨਾ ਆਪਣੇ ਚੋਂ ਫੀਲਿੰਗ ਹੈਗੀ ਹੈ, ਨਾ ਆਪਾਂ ਲੈਣੀ ਆਉ ਨਾ, ਇਹ ਅਸੀਂ ਇੱਕ ਨਾ ਕਰਨੀ ਫਿਰ ਸਾਰਿਆਂ ਨਾਲ ਕਰਾਉਂਦੇ, ਇੱਕ ਨਾਲ ਵੀ ਨਾ ਕਰਾਓ, ਠੀਕ ਹੈ ਨਾ। ਮੈਂ ਇਸ ਤੋਂ ਪਹਿਲਾਂ ਵੀ ਮਸ਼ਹੂਰ ਪੰਜਾਬੀ ਸਿੰਗਰ ਗੁਰਨਾਮ ਭੁੱਲਰ ਨੇ ਆਪਣੇ ਇੱਕ ਫੈਨ ਨਾਲ ਸਟੇਜ ਉੱਤੇ ਬਦਸਲੂਕੀ ਕੀਤੀ ਸੀ, ਜਿਸ ਤੋਂ ਬਾਅਦ ਭੁੱਲਰ ਦਾ ਜੰਮ ਕੇ ਵਿਰੋਧ ਹੋਣ ਲੱਗਿਆ ਤੇ ਅਖੀਰ ਵਿੱਚ ਗੁਰਨਾਮ ਨੇ ਸ਼ਰਮਿੰਦਾ ਹੁੰਦੇ ਆਪਣੇ ਉਸ ਫੈਨ ਦੇ ਘਰ ਜਾ ਆਪਣੀ ਗਲਤੀ ਮੰਨ ਇਸ ਬਾਰੇ ਮਾਫ਼ੀ ਮੰਗ ਲਈ ਸੀ। ਤੁਹਾਨੂੰ ਕੀ ਲੱਗਦਾ ਹੈ, ਹੁਣ ਸਿੱਧੂ ਮੂਸੇਵਾਲੇ ਦਾ ਆਪਣੇ ਫੈਨ ਨਾਲ ਇਸ ਤਰ੍ਹਾਂ ਕਰਨਾ ਜਾਇਜ਼ ਹੈ ਜਾਂ ਨਹੀਂ? ਆਪਣੇ ਕਮੈਂਟ ਕਰ ਜ਼ਰੂਰ ਦੱਸਣਾ। ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।